ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਪੀਟਰ ਪਾਕ। ਜੇ ਮੈਨੂੰ ਪੁੱਛਿਆ ਜਾਏ ਤਾਂ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਖੇਡ ਹਾਕੀ ਹੈ। ਆਏ ਹਾਏ, ਚਪੇੜ ਸ਼ਾਟ ਮਾਰੀ ਗਈ। ਪਰ ਇੱਕ ਖਿਡਾਰੀ ਵਾਸਤੇ ਹਾਕੀ ਨਾ ਸਿਰਫ ਉਹਦੀ ਨੌਕਰੀ ਸੀ, ਪਰ ਉੱਥੇ ਉਹਨੇ ਆਪਣਾ ਦਫ਼ਤਰ ਵੀ ਖੋਲ੍ਹ ਲਿਆ। ਉਹ ਯਾਰ ਭਰਾਵਾ, ਮੈਂ ਇਸ ਵੇਲੇ ਗੱਲ ਨਹੀਂ ਕਰ ਸਕਦਾ, ਮੈਂ ਤਾਂ ਟੀਵੀ 'ਤੇ ਹਾਂ ਅਤੇ ਨਾਲੇ ਮੈਂ ਇਸ ਦਫ਼ਤਰ ਦੀ ਗੱਲ ਵੀ ਨਹੀਂ ਕਰ ਰਿਹਾ। ਮੈਂ ਤਾਂ ਗ੍ਰੈਟਸਕੀ ਦੇ ਆਫਿਸ ਦੇ ਵਿੱਚ ਹਾਂ, ਉਹ ਜਗ੍ਹਾ ਨੈੱਟ ਦੇ ਪਿੱਛੇ ਜਿੱਥੇ ਕਿ ਵੇਨ ਗ੍ਰੈਟਸਕੀ ਆਪਣੇ ਜ਼ੋਰ ਦਿਖਾਉਂਦਾ ਸੀ। 99 ਨੰਬਰ ਦਾ ਮਹਾਨ ਖਿਡਾਰੀ ਗੋਲ ਹੋਵੇ ਜਾਂ ਪਾਸ ਹੋਵੇ, ਸਾਰਾ ਕੁਛ ਆਪਣੇ ਦਫ਼ਤਰ ਦੇ ਵਿੱਚੋਂ ਹੀ ਕਰ ਲੈਂਦਾ ਸੀ। ਕੀ ਉਹਨੇ ਆਪਣਾ ਕੰਮ ਦਫ਼ਤਰ ਵਿੱਚੋਂ ਪੂਰਾ ਕੀਤਾ? ਮੈਂ ਤਾਂ ਕਹੂੰਗਾ ਜ਼ਰੂਰ, ਕਿਉਂਕਿ ਉਹਨੇ ਰਿਕਾਰਡ ਤੋੜ ਦਿੱਤੇ। 894 ਗੋਲ, 1963 ਅਸਿਸਟਾਂ ਅਤੇ 382 ਪਲੇਆਫ ਪੁਆਇੰਟ ਇਕੱਠੇ ਕੀਤੇ। ਪਰ ਸਾਰੇ ਪੁਆਇੰਟ ਨੈੱਟ ਦੇ ਪਿੱਛੋਂ ਨਹੀਂ ਸੀ ਇਕੱਠੇ ਕੀਤੇ, ਉਹ ਤਾਂ ਸਾਰੇ ਪਾਸਿਓਂ ਹੀ ਬਹੁਤ ਵਧੀਆ ਖੇਡਦਾ ਸੀ। ਜਦੋਂ ਵੇਨ ਨੇ ਖੇਡਣਾ ਖਤਮ ਕਰ ਲਿਆ ਤਾਂ ਅਗਲੇ ਸਾਲ ਸਾਰੇ NHL ਦੇ ਵਿੱਚ 99 ਨੰਬਰ ਦੀ ਨਿਸ਼ਾਨੀ ਨੈੱਟ ਦੇ ਪਿੱਛੇ ਪਾਈ ਗਈ ਗ੍ਰੈਟਸਕੀ ਦੇ ਸਤਿਕਾਰ ਵਜੋਂ।